ਸ਼ਲੋਕ ਨੇ। ਅਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ 19 ਰਾਗਾਂ ਦੇ ਵਿੱਚ ਪਾਵਨ ਬਾਣੀ ਹੈ। ਜਦੋਂ ਆਪਾਂ ਆਸਾ ਕੀ ਵਾਰ ਸੁਮੇਰ ਪਰਬਤ ਦੇ ਉੱਪਰ ਜਦੋਂ ਸਿੱਧਾਂ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਜਾਂ ਹੋਰ ਥਾਵਾਂ ਦੇ ਉੱਪਰ ਜਾ ਕੇ ਸਿੱਧ ਯੋਗੀਆਂ ਦੇ ਨਾਲ ਜਿਹੜੀ ਗੁਰੂ ਸਾਹਿਬ ਦੀ ਵਿਚਾਰ ਹੁੰਦੀ ਹੈ ਤਾਂ ਉਹ ਜਿਹੜੀ ਵਿਚਾਰ ਹੈ ਉਸਨੂੰ ਸਿੱਧ ਗੋਸ਼ਟ ਨਾਮਕ ਬਾਣੀ ਦੇ ਅੰਦਰ ਉਹ ਵਿਚਾਰ ਨੂੰ ਸਿੱਧਾਂ ਵੱਲੋਂ ਕੀਤੇ ਹੋਏ ਸਵਾਲਾਂ ਨੂੰ ਅਤੇ ਜਿਹੜੇ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਦਿੱਤੇ ਉਸਦਾ ਜ਼ਿਕਰ ਕੀਤਾ ਗਿਆ। ਅਤੇ ਮੈਂ ਸਮੁੱਚੀ ਮਨੁੱਖਤਾ ਨੂੰ ਇੱਕ ਗੱਲ ਇਹ ਕਹਿਣੀ ਚਾਹਾਂਗਾ ਕਿ ਅੱਜ ਸਾਨੂੰ ਵਿਚਾਰ ਕਰਨ ਦੀ ਅਕਲ ਨਹੀਂ। ਇੱਕ ਵਾਰ ਅਸੀਂ ਸਿੱਧ ਗੋਸ਼ਟ ਦੀ ਪਾਵਨ ਬਾਣੀ ਪੜ੍ਹੀਏ ਅਤੇ ਉਸ ਅਕੋਰਡਿੰਗ ਜਦੋਂ ਅਸੀਂ ਵਿਚਾਰ ਕਰਾਂਗੇ ਤਾਂ ਸਮਾਜ ਦੇ ਅੰਦਰ ਅਸੀਂ ਵੀ ਵਿਚਾਰ ਕਰਨ ਜੋਗੇ ਹੋ ਜਾਵਾਂਗੇ। ਗੁਰੂ ਸਾਹਿਬ ਜੀ ਕਿਸ ਹਲੀਮੀ ਦੇ ਨਾਲ ਉਹਨਾਂ ਦੇ ਸਵਾਲਾਂ ਨੂੰ ਸੁਣਦੇ ਨੇ ਅਤੇ ਕਿਸ ਹਲੀਮੀ ਦੇ ਨਾਲ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਨੇ, ਇਹ ਸਾਰੀ ਗੱਲ ਸਾਨੂੰ ਸਿੱਧ ਗੋਸ਼ਟ ਦੀ ਪਾਵਨ ਬਾਣੀ ਪੜ੍ਹ ਕੇ ਪਤਾ ਚੱਲੇਗੀ। ਇਹ ਮੁੱਖ ਬਾਣੀਆਂ ਨੇ ਜਪਜੀ ਸਾਹਿਬ, ਸਿੱਧ ਗੋਸ਼ਟ, ਆਸਾ ਕੀ ਵਾਰ ਆਦਿਕ ਬਾਣੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀਆਂ ਹੋਈਆਂ। ਬਹੁਤ ਵਧੀਆ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਪੂਰਾ ਸਮਝਾ ਰਹੇ ਹੋ। ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣਾ ਚਾਹੁੰਦਾ, ਆਪਣੇ ਉੱਤਰਾਖੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਚਰਨ ਛੋ ਪ੍ਰਾਪਤ ਗੁਰਦੁਆਰਾ ਨਾਨਕ ਮੱਤਾ ਸਾਹਿਬ, ਨਾਨਕਪੁਰੀ ਟਾਂਡਾ ਅਤੇ ਰੀਠਾ ਸਾਹਿਬ, ਇਹ ਬੜੇ ਫੇਮਸ ਗੁਰਦੁਆਰਾ ਹਨ। ਇਹਨਾਂ ਦਾ ਥੋੜ੍ਹਾ ਜਿਹਾ ਇਤਿਹਾਸ ਸਾਡੇ ਦਰਸ਼ਕਾਂ ਨੂੰ ਤੁਸੀਂ, ਮੈਂ ਚਾਹੁੰਦਾ ਕਿ ਆਪਣੇ ਸਾਨੂੰ ਦੱਸਣ ਦਾ ਕੋਸ਼ਿਸ਼ ਕਰੋ ਜੀ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਧਰ ਇਲਾਕੇ ਦੇ ਵਿੱਚ ਪ੍ਰਚਾਰ ਫੇਰੀਆਂ ਦੌਰਾਨ ਆਏ ਨੇ, ਗੁਰੂ ਸਾਹਿਬ ਨੇ 4 ਉਦਾਸੀਆਂ ਕੀਤੀਆਂ ਅਤੇ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੇ ਵਿੱਚ ਜਾ ਕੇ, ਕੇਵਲ ਹਿੰਦੁਸਤਾਨ ਹੀ ਨਹੀਂ ਬਲਕਿ ਇਸ ਤੋਂ ਬਾਹਰ ਜਾ ਕੇ ਵੀ ਗੁਰੂ ਸਾਹਿਬ ਨੇ ਸਮਾਜ ਨੂੰ ਏਕਤਾ ਦੇ ਵਿੱਚ ਪਰੋਇਆ ਹੈ, ਸੱਚ ਦਾ ਉਪਦੇਸ਼ ਦਿੱਤਾ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਉਸੇ ਦੌਰਾਨ ਨਾਨਕ ਮੱਤਾ ਸਾਹਿਬ ਆਏ ਅਤੇ ਇੱਥੇ ਆਣ ਕੇ ਵੀ ਯੋਗੀਆਂ ਦੇ ਨਾਲ ਉਹਨਾਂ ਦੀ ਵਿਚਾਰ ਚਰਚਾ ਹੁੰਦੀ ਹੈ। ਪਹਿਲਾਂ ਨਾਨਕ ਮੱਤੀ ਦਾ ਨਾਮ ਜਿਹੜਾ ਸੀ ਉਹ ਗੋਰਖ ਮੱਤਾ ਸੀ, ਗੋਰਖ ਮੱਤਾ ਦੇ ਨਾਮ ਤੋਂ ਪਹਿਲਾਂ ਫੇਮਸ ਸੀ ਅਤੇ ਬਾਅਦ ਦੇ ਵਿੱਚ ਗੁਰੂ ਨਾਨਕ ਸਾਹਿਬ ਕਿੰਨੇ ਸਨ